ਅੰਮ੍ਰਿਤਸਰ ਦੀ ਸੁਰੱਖਿਆ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਚੀਆਂ ਉੱਚੀਆਂ ਦੀਵਾਰਾਂ ਬਣਵਾਤੀਆਂ ਸਨ ਔਰ ਸ਼ਹਿਰ ਦੇ ਅੰਦਰ ਦਾਖਲ ਹੋਣ ਵਾਸਤੇ 12 ਗੇਟ ਬਣਵਾਏ ਸਨ। ਸਮੇਂ ਦੇ ਨਾਲ ਨਾਲ ਅੰਮ੍ਰਿਤਸਰ ਵਿਕਸਿਤ ਹੋਇਆ। ਹੁਣ ਅੰਮ੍ਰਿਤਸਰ ਨੂੰ ਦੋ ਭਾਗਾਂ 'ਚ ਵੇਖਿਆ ਜਾ ਸਕਦਾ ਹੈ, ਇੱਕ ਪੁਰਾਤਨ ਸ਼ਹਿਰ ਜੋ ਇਸ ਵਾਲ ਸਿਟੀ ਦੇ ਅੰਦਰ ਵੱਸਦਾ ਹੈ ਔਰ ਇੱਕ ਸ਼ਹਿਰ ਜਿਹੜਾ ਵਾਲ ਸਿਟੀ ਦੇ ਬਾਹਰ ਵੱਸਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਅੰਮ੍ਰਿਤਸਰੀਏ ਜਿਹੜੇ ਬਾਹਰਲੇ ਇਲਾਕਿਆਂ 'ਚ ਰਹਿੰਦੇ ਨੇ ਉਹ ਵਾਲ ਸਿਟੀ ਦੇ ਅੰਦਰ ਰਹਿਣ ਵਾਲਿਆਂ ਨੂੰ ਸ਼ਹਿਰੀਏ ਆਖਦੇ ਹਨ। ਸਮੇਂ ਦੇ ਨਾਲ ਨਾਲ ਅੰਮ੍ਰਿਤਸਰ ਦੇ ਬਾਹਰਲੇ ਇਲਾਕਿਆਂ 'ਚ ਵੱਡੇ ਵੱਡੇ ਮਾਲ ਇਸਟੈਬਲਿਸ਼ ਹੋਏ, ਵੱਡੀਆਂ ਮਾਰਕੀਟਾਂ ਬਣ ਗਈਆਂ ਹਨ, ਲੇਕਿਨ ਪੁਰਾਤਨ ਸ਼ਹਿਰ ਦੇ ਅੰਦਰ ਵਸੇ ਇਤਿਹਾਸਿਕ ਬਾਜ਼ਾਰਾਂ ਦੀ ਰੌਣਕ ਅਤੇ ਜਲੌ ਹਜੇ ਤੱਕ ਬਰਕਰਾਰ ਹੈ। ਮੈਂ ਰਵਿੰਦਰ ਸਿੰਘ ਰੌਬਿਨ ਤੁਹਾਨੂੰ ਇਹਨਾਂ ਇਤਿਹਾਸਿਕ ਬਾਜ਼ਾਰਾਂ ਵਿੱਚੋਂ ਅੱਜ ਕੁਝ ਬਾਜ਼ਾਰਾਂ ਦੇ ਵੱਲ ਲੈ ਕੇ ਜਾਵਾਂਗਾ। ਹਾਲ ਬਾਜ਼ਾਰ ਅੰਮ੍ਰਿਤਸਰ ਦੇ ਸਭ ਤੋਂ ਵੱਧ ਭੀੜ ਭਾੜ ਵਾਲੇ ਬਾਜ਼ਾਰਾਂ ਵਿੱਚੋਂ ਇੱਕ ਹੈ, ਜਿੱਥੇ ਸੈਲਾਨੀਆਂ ਵਾਸਤੇ ਹਰ ਸ਼ੈ ਮੌਜੂਦ ਹੈ। ਬਾਜ਼ਾਰਾਂ ਨੂੰ ਇੱਕ ਦਿੱਖ ਦਿਖਾਉਣ ਵਾਸਤੇ ਸਰਕਾਰ ਨੇ ਦੁਕਾਨਾਂ ਦੇ ਸਾਈਨ ਬੋਰਡ ਇੱਕੋ ਜਿਹੋ ਜਿਹੇ ਕਰ ਦਿੱਤੇ ਹਨ। ਹਾਲ ਬਾਜ਼ਾਰ ਦੇ ਨਾਲ ਲੱਗਦੇ ਬਾਜ਼ਾਰਾਂ ਵਿੱਚ ਕਟੜਾ ਜੈਮਲ ਸਿੰਘ ਬਾਜ਼ਾਰ, ਸ਼ਾਸਤਰੀ ਮਾਰਕੀਟ ਵਿੱਚ ਖਾਸ ਤੌਰ 'ਤੇ ਲੇਡੀਜ਼ ਸੂਟ, ਫੁਲਕਾਰੀ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ। ਇਹ ਸਾਰੇ ਬਾਜ਼ਾਰ ਇੱਕ ਦੂਜੇ ਨਾਲ ਜੁੜੇ ਹੋਏ ਹਨ। ਇਹਨਾਂ ਬਾਜ਼ਾਰਾਂ ਦੇ ਵਿੱਚੋਂ ਹੀ ਗੁਰੂ ਬਾਜ਼ਾਰ ਪਹੁੰਚਿਆ ਜਾ ਸਕਦਾ ਹੈ। ਗੁਰੂ ਬਾਜ਼ਾਰ ਨੂੰ ਅੰਮ੍ਰਿਤਸਰ ਦੇ ਸਭ ਤੋਂ ਅਮੀਰ ਤਰੀਨ ਬਾਜ਼ਾਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ, ਕਿਉਂਕਿ ਇੱਥੇ ਦੁਨੀਆ ਦੇ ਸਭ ਤੋਂ ਖੂਬਸੂਰਤ ਜੜਾਊ ਜੁਐਲਰੀ ਮਿਲਦੀ ਹੈ। ਇੱਥੋਂ ਦੀ ਖਾਸ ਕਰਕੇ ਜੜਾਊ ਜੁਐਲਰੀ ਬੜੀ ਮਸ਼ਹੂਰ ਹੈ ਜੀ। ਇਹ ਜਿਹੜੀ ਜੜਾਊ ਜੁਐਲਰੀ ਹੈ ਇਹਦੇ ਉੱਤੇ ਸਾਰਾ ਆਰੀ ਵਰਕ ਹੁੰਦਾ ਹੈ, ਹੈਂਡ ਵਰਕ ਜਿਹਨੂੰ ਆਪਾਂ ਕਹਿੰਦੇ ਹਾਂ। ਤਕਰੀਬਨ 15-20 ਕਾਰੀਗਰਾਂ ਦੇ ਵਿੱਚ ਹੱਥਾਂ 'ਚੋਂ ਮਾਲ ਨਿਕਲ ਕੇ ਇਹ ਮਾਲ ਜਿਹੜਾ ਰੈਡੀ ਹੁੰਦਾ ਹੈ। ਗੁਰੂ ਬਾਜ਼ਾਰ ਦੇ ਨਾਲ ਹੀ ਮਾਈ ਸੇਵਾ ਬਾਜ਼ਾਰ, ਪਾਪੜਾਂ ਵਾਲਾ ਬਾਜ਼ਾਰ ਹੈ, ਜਿੱਥੇ ਅੰਮ੍ਰਿਤਸਰ ਦੇ ਮਸ਼ਹੂਰ ਪਾਪੜ ਵੜੀਆਂ ਮਿਲਦੇ ਹਨ। ਇਹਨਾਂ ਬਾਜ਼ਾਰਾਂ ਵਿੱਚੋਂ ਮਿਸ਼ਰੀ ਬਾਜ਼ਾਰ ਪਹੁੰਚਿਆ ਜਾ ਸਕਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੇ ਮਿਸ਼ਰੀ ਬਾਜ਼ਾਰ ਬਾਰੇ ਕਿਹਾ ਜਾਂਦਾ ਹੈ ਕਿ 1780 ਦੇ ਕਰੀਬ ਇਹ ਬਾਜ਼ਾਰ ਬਣਾਇਆ ਗਿਆ ਸੀ, ਜਿੱਥੇ ਮਿਸ਼ਰੀ ਦੇ ਵਪਾਰ ਦੇ ਨਾਲ ਨਾਲ ਹੁਣ ਅਚਾਰ ਚਟਨੀ, ਮੁਰੱਬਾ, ਸ਼ਰਬਤ ਆਦਿ ਬੰਦੇ ਵੀ ਹਨ ਔਰ ਇੱਥੇ ਦਰਾਮਦ ਵੀ ਹੁੰਦੇ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਅੰਮ੍ਰਿਤਸਰ ਦੀ ਸਥਾਪਨਾ ਰੱਖੀ, ਸਭ ਤੋਂ ਪਹਿਲੇ 32 ਹੱਟਾਂ ਜਿੱਥੇ ਕਿ ਇਹ ਸ਼ਹਿਰ ਵਸਾਇਆ ਸੀ, ਉਸ ਤੋਂ ਅਗਾਂਹ ਹੌਲੀ 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 ਕਰਦਾ ਇੰਪਰੂਵ ਹੋ ਗਿਆ ਅਤੇ ਇਹ ਬਾਜ਼ਾਰ ਜਿਹੜੇ ਇਹ ਬਣ ਗਏ। ਦੂਰ ਦੁਰਾਂਦਿਆਂ ਤੋਂ ਲੋਕ ਇੱਥੇ ਆਉਂਦੇ ਨੇ ਔਰ ਇਹ ਜੋ ਇੱਥੇ ਪਾਪੜਾਂ ਵਾਲੇ ਬਾਜ਼ਾਰ, ਜਿਸ ਤਰ੍ਹਾਂ ਕਿ ਪਾਪੜਾਂ ਵਾਲਾ ਬਾਜ਼ਾਰ ਹੈ, ਜਿਸ 'ਤੇ ਕਿ ਪਾਪੜ ਬੜੀਆਂ ਇੱਥੇ ਦੇ ਬਹੁਤ ਮਸ਼ਹੂਰ ਨੇ, ਮਿਸ਼ਰੀ ਦਾ ਕਿੱਤਾ ਇਹ ਬਹੁਤ ਮਸ਼ਹੂਰ ਹੈ ਔਰ ਖਾਸ ਕਰਕੇ ਇਹ ਮਤਲਬ ਲੋਕ ਇੱਥੋਂ ਇਹ ਨਾਂ ਸੁਣ ਕੇ ਹੀ ਇਹ ਚੀਜ਼ਾਂ ਪਰਚੇਜ਼ ਕਰਨ ਵਾਸਤੇ ਇੱਥੋਂ ਆਉਂਦੇ ਹਨ। ਮਿਸ਼ਰੀ ਬਾਜ਼ਾਰ 'ਚੋਂ ਇੱਕ ਰਸਤਾ ਦਾਲ ਮੰਡੀ ਨੂੰ ਜਾਂਦਾ ਹੈ ਔਰ ਇੱਕ ਮਜੀਠ ਮੰਡੀ ਨੂੰ। ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਸੁੱਕੇ ਮੇਵੇ ਮਜੀਠ ਮੰਡੀ ਪਹੁੰਚਦੇ ਹਨ, ਫਿਰ ਭਾਰਤ ਦੇ ਬਾਕੀ ਇਲਾਕਿਆਂ 'ਚ ਜਾਂਦੇ ਹਨ। ਮਜੀਠ ਮੰਡੀ ਤੋਂ ਹੀ ਕਿਲ੍ਹਾ ਭੰਗਿਆਂ ਵੱਲ ਰਸਤਾ ਜਾਂਦਾ ਹੈ ਔਰ ਭੁਪੁੰਜਿਆਂ ਵਾਲੇ ਬਾਜ਼ਾਰ ਵੱਲ ਵੀ, ਜਿੱਥੇ ਮੂੰਗਫਲੀ, ਰਿਉੜੀਆਂ, ਮੁਰਮਰੇ ਰਿਟੇਲ ਅਤੇ ਹੋਲਸੇਲ ਵਿੱਚ ਮਿਲਦੇ ਹਨ। ਇਹਨਾਂ ਤੰਗ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਜਾਣ ਵਾਸਤੇ ਪੈਦਲ ਜਾਣਾ ਹੀ ਸਭ ਤੋਂ ਬਿਹਤਰ ਰਹੇਗਾ। ਅੰਮ੍ਰਿਤਸਰ ਦੇ ਮਸ਼ਹੂਰ ਤਰੀਨ ਬਾਜ਼ਾਰ ਲੂਣ ਮੰਡੀ ਨਾਲ ਲੱਗਦੇ ਦਾਲ ਮੰਡੀ, ਜਿਸ ਨੂੰ
ਹੋਲਸੇਲ ਦੀ ਮਾਰਕੀਟ ਵੀ ਕਿਹਾ ਜਾਂਦਾ ਹੈ। ਉੱਥੇ ਪੰਸਾਰੀ ਦੀ ਬਹੁਤ ਵੱਡੀ ਦੁਕਾਨਾਂ ਮਿਲ ਜਾਣਗੀਆਂ। ਇਹਨਾਂ ਬਾਜ਼ਾਰਾਂ 'ਚੋਂ ਲੰਘਦੇ ਹੋਏ ਤੁਹਾਨੂੰ ਕਈ ਸੌ ਸਾਲ ਪੁਰਾਣੇ ਘਰਾਂ ਦੀਆਂ ਖੂਬਸੂਰਤ ਬਾਰੀਆਂ ਨਜ਼ਰ ਆਉਣਗੀਆਂ ਔਰ ਇਹਨਾਂ ਬਾਜ਼ਾਰਾਂ ਦੇ ਨਾਲ ਨਾਲ ਚੀਲ ਮੰਡੀ ਜਿੱਥੇ ਲੱਕੜ ਦਾ ਕੰਮ ਹੁੰਦਾ ਹੈ ਉਹ ਵੀ ਇਹਨਾਂ ਬਾਜ਼ਾਰਾਂ ਦੇ ਨਾਲ ਜੁੜਿਆ ਹੋਇਆ ਹੈ। ਇਸ ਬਾਜ਼ਾਰ ਦੇ ਨਾਲ ਢਾਬ ਵਸਤੀ ਰਾਮ ਦਾ ਬਾਜ਼ਾਰ ਹੈ ਜਿੱਥੇ ਤੰਗ ਗਲੀਆਂ 'ਚੋਂ ਹੁੰਦੇ ਹੋਏ ਟਰੱਕਾਂ ਦੇ ਟਰੱਕ ਹੋਲਸੇਲਰਸ ਦੇ ਗੋਦਾਮਾਂ ਵਿੱਚ ਸਮਾਨ ਉਤਾਰਦੇ ਅਤੇ ਲਿਆਉਂਦੇ ਨਜ਼ਰ ਆਉਣਗੇ। ਰੌਣਕ ਉਸ ਤਰ੍ਹਾਂ ਹੀ ਬਾਜ਼ਾਰ ਦੀ ਬਰਕਰਾਰ, ਚਾਹੇ ਮੌਲ ਜਿੰਨੇ ਮਰਜ਼ੀ ਖੁੱਲ੍ਹ ਗਏ, ਲੇਕਿਨ ਇਹ ਪੁਰਾਣੇ ਬਾਜ਼ਾਰਾਂ ਦੀ ਜਿਹੜੀ ਰੌਣਕ ਉਸ ਤਰ੍ਹਾਂ ਹੀ ਬੇਕਰਾਰ ਹੈ। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਸਾਰੇ ਪੁਰਾਣੇ ਬਾਜ਼ਾਰ ਸ੍ਰੀ ਦਰਬਾਰ ਸਾਹਿਬ ਤੱਕ ਜਾਂਦੇ ਹਨ। ਇਹ ਸਾਰੇ ਬਾਜ਼ਾਰ ਆਪਣੇ ਆਪ 'ਚ ਕੋਈ ਨਾ ਕੋਈ ਕਹਾਣੀ ਦੱਸਦੇ ਹਨ। ਇਹ ਬਾਜ਼ਾਰ ਇਤਿਹਾਸ ਦੇ ਕਈ ਪੰਨਿਆਂ ਦੇ ਗਵਾਹ ਰਹੇ ਹਨ। ਇਹਨਾਂ ਤੰਗ ਗਲੀਆਂ ਵਿੱਚ ਅੰਮ੍ਰਿਤਸਰ ਵਸਦਾ ਹੈ, ਲੇਕਿਨ ਇਹਨਾਂ ਤੰਗ ਗਲੀਆਂ 'ਚ ਵਸਣ ਵਾਲੇ ਅੰਮ੍ਰਿਤਸਰੀਏ, ਸ਼ਹਿਰੀਏ, ਉਹਨਾਂ ਦੇ ਦਿਲ ਬਹੁਤ ਵੱਡੇ ਨੇ।